ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰਾਂ ਜੀ ਇੱਕ ਵਾਰ ਫਿਰ ਪੇਂਡੂ ਆਸਟ੍ਰੇਲੀਆ ਲੈ ਕੇ। ਪੇਂਡੂ ਆਸਟ੍ਰੇਲੀਆ ਨਹੀਂ, ਪੇਂਡੂ ਆਸਟ੍ਰੇਲੀਆ ਨਹੀਂ ਜੀ, ਅਸੀਂ ਬਦਲ ਗਏ ਥੋੜ੍ਹੇ ਜਿਹੇ, ਅਸੀਂ ਸ਼ਹਿਰੀ ਹੋ ਗਏ ਹਾਂ। ਤੁਸੀਂ ਸਾਨੂੰ ਸ਼ਹਿਰੀ ਕੀਤਾ ਜੀ। ਦੇਖੋ, ਤੁਹਾਡੇ ਕਮੈਂਟਸ ਆਉਂਦੇ ਸੀ ਵੀ ਪਿੰਡਾਂ ਦੀਆਂ ਗੱਲਾਂ ਦੇ ਨਾਲ ਨਾਲ ਸ਼ਹਿਰਾਂ ਦੀਆਂ ਗੱਲਾਂ ਵੀ ਦਿਖਾਓ। ਸੋ ਅਸੀਂ ਹੁਣ ਤੁਹਾਡਾ ਜਿਹੜਾ ਉਪਰਾਲਾ ਉਹ ਸ਼ਹਿਰਾਂ ਵੱਲ ਵੀ ਸ਼ੁਰੂ ਹੋ ਚੁੱਕਿਆ, ਅਤੇ ਇਸ ਵਕਤ ਹੁਣ ਜਦੋਂ ਮੈਂ ਤੁਹਾਡੇ ਸਾਹਮਣੇ ਕੈਮਰੇ 'ਤੇ ਖੜ੍ਹਾਂ ਤਾਂ ਮਿਲਸਨ ਪੁਆਇੰਟ 'ਤੇ ਖੜ੍ਹਾ। ਮਿਲਸਨ ਪੁਆਇੰਟ ਕਿੱਥੇ ਆ? ਜਦੋਂ ਆਸਟ੍ਰੇਲੀਆ ਦੀ ਗੱਲ ਛਿੜਦੀ ਆ ਤਾਂ ਸਿਡਨੀ ਦਾ ਨਾਂ ਆਉਂਦਾ। ਸਭ ਤੋਂ ਪਹਿਲਾਂ ਕੈਪਟਨ ਕੁੱਕ ਕਿੱਥੇ ਆਏ ਸਨ, ਉਹ ਗੱਲਾਂ ਹੁੰਦੀਆਂ, 1740 ਦੀਆਂ ਗੱਲਾਂ ਹੁੰਦੀਆਂ। ਤਾਂ ਇਹ ਉਹੀ ਜਗ੍ਹਾ ਜੀ ਜਿੱਥੇ ਮੈਂ ਹੁਣ ਇਸ ਟਾਈਮ ਖੜ੍ਹਾਂ, ਜਿੱਥੇ ਕਿ ਮੇਰੇ ਪਿੱਛੇ ਤੁਸੀਂ ਸਿਡਨੀ ਦੇਖ ਸਕਦੇ ਹੋ, ਸਾਹਮਣੇ ਸਿਡਨੀ ਟਾਵਰ ਦੇਖ ਸਕਦੇ ਹੋ ਜਿੱਥੋਂ 360 ਵਿਊ ਦਿਖਦਾ, ਸਾਹਮਣੇ ਹਾਰਬਰ ਬ੍ਰਿਜ ਦੇਖ ਸਕਦੇ ਹੋ ਜਿਹੜਾ ਕਿ ਇੱਕ ਦੁਨੀਆ ਨੂੰ ਨਵਾਂ ਸਾਲ ਚੜ੍ਹਾਉਂਦਾ। ਇਹ ਉਹੀ ਹਾਰਬਰ ਬ੍ਰਿਜ ਆ ਜੀ ਜਿੱਥੇ ਦੁਨੀਆ ਲਈ ਨਵਾਂ ਸਾਲ ਚੜ੍ਹਦਾ। ਅਪਰਾ ਹਾਊਸ ਬਾਰੇ ਵੀ ਬਹੁਤ ਸਾਰੀ ਜਾਣਕਾਰੀ ਦੇਵਾਂਗੇ, ਪਰ ਮੈਂ ਦੱਸਦਿਆਂ ਜੀ ਅੱਜ ਮੈਂ ਇਸ ਮਿਲਸਨ ਪੁਆਇੰਟ 'ਤੇ ਬੜੇ ਆਰਾਮ ਨਾਲ ਖੜ੍ਹਾ ਗੱਲ ਕਰ ਰਿਹਾ, ਪਰ ਨਵੇਂ ਸਾਲ ਦੀ ਜਿਹੜੀ ਰਾਤ ਹੁੰਦੀ ਆ, ਇਸ ਏਰੀਏ ਦੇ ਵਿੱਚ 1 ਮਿਲੀਅਨ ਬੰਦਾ ਦੁਨੀਆ ਦੇ ਉੱਤੋਂ ਆ ਕੇ ਨਵਾਂ ਸਾਲ ਦੇਖਣ ਆਉਂਦਾ। ਅਤੇ ਸਭ ਤੋਂ ਵੱਡੀ ਗੱਲ ਆ ਵੀ ਭਾਵੇਂ ਦੁਨੀਆ ਕਹਿੰਦੀ ਹੈ ਦਿਨ ਜਪਾਨ 'ਚ ਪਹਿਲਾਂ ਚੜ੍ਹਦਾ ਜਾਂ ਨਿਊਜ਼ੀਲੈਂਡ 'ਚ ਚੜ੍ਹ ਜਾਂਦਾ, ਪਰ ਸਭ ਤੋਂ ਵਧੀਆ ਨਵਾਂ ਸਾਲ ਸਭ ਤੋਂ ਪਹਿਲਾਂ ਦੁਨੀਆ 'ਚ ਜੇ ਮਨਾਇਆ ਜਾਂਦਾ ਤਾਂ ਉਹ ਇਸ ਜਗ੍ਹਾ 'ਤੇ ਮਨਾਇਆ ਜਾਂਦਾ, ਇਸ ਹਾਰਬਰ ਬ੍ਰਿਜ ਦੇ ਉੱਤੇ ਮਨਾਇਆ ਜਾਂਦਾ। ਮੈਂ ਖੁਦ ਇਹਦਾ ਗਵਾਹ ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ ਬਣਿਆ ਸੀ, ਜਦੋਂ ਇੱਥੇ ਤਿਲ ਧਰਨ ਨੂੰ ਥਾਂ ਨਹੀਂ ਸੀ, ਪਰ ਰਾਤ ਦੇ 12 ਵਜੇ 2 ਵਾਰੀ ਜਿਹੜੀ ਆਤਿਸ਼ਬਾਜ਼ੀ ਹੋਈ ਸੀ ਉਹ ਮੇਰੇ ਜੀਵਨ ਦੇ ਵਿੱਚ ਸਦਾ ਮੇਰੀਆਂ ਜਿਹੜੀਆਂ ਭੁੱਲ ਯਾਦਾਂ 'ਚ ਰਹੂਗੀ। ਉਹ ਵੀ ਤੁਸੀਂ ਅੱਜ ਕੱਲ੍ਹ ਦੇਖ ਸਕਦੇ ਹੋ, ਆਧੁਨਿਕ ਯੁੱਗ ਨਾਲ ਆਪ ਵੀ ਦੇਖ ਸਕਦੇ ਹੋ, ਪਰ ਤੁਹਾਨੂੰ ਦਿਖਾਵਾਂਗੇ ਵੀ ਕਿਸੇ ਦਿਨ। ਪਰ ਫਿਲਹਾਲ ਆਪਾਂ ਤੁਹਾਨੂੰ ਪਹਿਲਾਂ ਦਿਖਾਉਂਦੇ ਹਾਂ ਓਵਰਵਿਊ, ਫਿਰ ਨਿੱਕੀਆਂ ਨਿੱਕੀਆਂ ਤੁਹਾਨੂੰ ਜਾਣਕਾਰੀਆਂ ਦੀਆਂ ਇਕੱਠੀਆਂ ਕਰਕੇ ਦਿੰਦੇ ਹਾਂ। ਦੇਖਦੇ ਹਾਂ ਜੀ ਸਿਡਨੀ ਨੂੰ। ਸਵਰਬਾਂ ਦੇ ਨਾਲ ਬਣਿਆ ਹੋਇਆ ਅੱਜ ਦਾ ਇਹ ਸਿਡਨੀ, ਕਿਤੇ 1770 ਦੇ ਵਿੱਚ ਕੈਪਟਨ ਕੁੱਕ ਨੇ ਭਾਲਿਆ ਸੀ ਇੱਥੇ ਆਏ, ਅਤੇ ਕੈਪਟਨ ਕੁੱਕ ਜਾਂ ਜੇਮਸ ਕੁੱਕ ਅਸੀਂ ਕਹਿੰਦੇ ਹਾਂ, ਉਹ ਪਹਿਲੀ ਵਾਰ ਇੱਥੇ ਆਏ ਸਨ ਆਪਣੇ ਕਰੂ ਦੇ ਨਾਲ। ਅਤੇ ਉਸ ਤੋਂ ਬਾਅਦ 1788 ਦੇ ਵਿੱਚ ਦੁਬਾਰਾ ਇੱਕ ਫਲੀਟ ਆਈ, ਜਿਹੜੀ ਫਲੀਟ ਦੇ ਵਿੱਚ ਕਿਹਾ ਗਿਆ ਵੀ ਉੱਥੋਂ ਅਪਰਾਧੀਆਂ ਨੂੰ ਲੈ ਕੇ ਆਉਂਦਾ ਗਿਆ ਜਿਹੜੇ ਉੱਥੇ ਜੇਲ੍ਹਾਂ 'ਚ ਸਨ, ਇੱਕ ਕਿਸਮ ਦੀ ਕਾਲੇ ਪਾਣੀ ਦੀ ਸਜ਼ਾ ਵੀ ਸੀ ਅਤੇ ਇਸ ਜਿਹੜਾ ਟਾਪੂ ਨੂੰ ਡਿਵੈਲਪ ਕਰਨ ਦੀ ਇੱਕ ਜਿਹੜੀ ਨੀਤੀ ਵੀ ਸੀ। ਪਰ ਅੱਜ 650 ਸਵਰਬਾਂ ਦਾ ਇੱਕ ਬਹੁਤ ਵੱਡਾ ਜਿਹੜਾ ਮੈਟਰੋ ਸਿਟੀ, ਜਿਹਨੂੰ ਅਸੀਂ ਕਹਿ ਸਕਦੇ ਹਾਂ ਮੈਟਰੋ ਸਿਟੀ ਸਿਡਨੀ ਬਣਿਆ ਹੋਇਆ, ਇਹਦੀਆਂ ਬਹੁਤ ਸਾਰੀਆਂ ਖਾਸੀਅਤਾਂ ਉਹ ਅਸੀਂ ਅੱਜ ਦਿਖਾਉਣੀਆਂ ਤੁਹਾਨੂੰ, ਅਤੇ ਨਾਲ ਨਾਲ ਜਿਹੜਾ ਪੇਂਡੂ ਆਸਟ੍ਰੇਲੀਆ ਦੇ ਵਿੱਚ ਜਿਹੜਾ ਸ਼ਹਿਰੂ ਆਸਟ੍ਰੇਲੀਆ ਦਾ ਜਿਹੜਾ ਇੱਕ ਮਰਜ ਆ ਜੋ ਹੋਣਾ, ਉਹ ਤੋਂ ਤੁਸੀਂ ਸਾਨੂੰ ਉਹਦੇ ਵਿਊ ਵੀ ਦਿਓ ਕਿਹੋ ਜਿਹਾ ਲੱਗਿਆ। ਲਓ ਜੀ, ਜਾਣਕਾਰੀ ਕਹਿੰਦੇ ਹੁੰਦੇ ਆ ਜਿੰਨੀ ਲੋਕਲ ਬੰਦੇ ਕੋਲੇ ਹੁੰਦੀ ਆ ਉਨੀ ਬਾਹਰੋਂ ਆਏ ਕੋਲੇ ਨਹੀਂ ਹੁੰਦੇ, ਅਸੀਂ ਫਿਰ ਵੀ ਇੱਥੇ ਆਏ ਗਏ ਹਾਂ, ਬਾਹਰੋਂ ਆਏ ਹਾਂ। ਸੋ ਲੋਕਲ ਸਾਡੇ ਨਾਲ ਇਸ ਟਾਈਮ ਬਾਈ ਨਵਦੀਪ ਆ, ਅਤੇ ਆਪਾਂ ਨਵਦੀਪ ਤੋਂ ਸਾਰੀ ਜਾਣਕਾਰੀ ਲੈਣੀ ਹੈ। ਨਵਦੀਪ ਪਹਿਲਾਂ ਤਾਂ ਐਂ ਦੱਸੋ ਵੀ ਤੁਸੀਂ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ? ਮੈਂ ਜੀ ਮੇਰਾ ਪਿੰਡ ਵੈਰੋ ਨੰਗਲ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਕਿੰਨਾ ਚਿਰ ਹੋ ਗਿਆ ਇੱਥੇ? ਇੱਥੇ ਤਕਰੀਬਨ 12 ਸਾਲ ਹੋ ਗਏ ਜੀ। ਅਸੀਂ ਮੈਂ 2007 ਵਿੱਚ ਆਇਆ ਸੀ, ਇਕੱਲਾ ਆਇਆ ਸੀ ਤੇ ਸਟੂਡੈਂਟ ਵੀਜ਼ੇ ਤੇ ਆਇਆ ਸੀਗਾ, ਤੇ ਉੱਥੋਂ ਦੇ ਹੋ ਕੇ ਸਿਡਨੀ ਦੇ ਹੋ ਗਏ? ਸਿਡਨੀ ਦੇ ਹੋ ਕੇ ਰਹਿ ਗਏ। ਹੁਣ ਪਰਮਾਨੈਂਟ ਹੋ? ਹਾਂਜੀ ਹਾਂਜੀ, ਪਰਮਾਨੈਂਟ। ਫੈਮਿਲੀ ਆ ਗਈ? ਫੈਮਿਲੀ ਹੁਣ ਸੈਟਲਡ ਆ ਜੀ ਸਾਰਾ ਕੁਝ। 12 ਸਾਲਾਂ ਦਾ ਟਾਈਮ ਕੋਈ ਥੋੜਾ ਨਹੀਂ ਹੁੰਦਾ, 12 ਸਾਲਾਂ ਦੇ ਵਿੱਚ ਤੁਸੀਂ ਮੈਨੂੰ ਲੱਗਦਾ ਸਿਡਨੀ ਦਾ ਚੱਪਾ ਚੱਪਾ ਗਾਹ ਮਾਰਿਆ ਹੋਣਾ। ਬਿਲਕੁਲ ਜੀ, ਸਪੈਸ਼ਲ ਟੈਕਸੀ ਡਰਾਈਵਰ ਹੋਣ ਦੇ ਨਾਤੇ ਸਿਡਨੀ ਤਕਰੀਬਨ ਹਰ ਤਕਰੀਬਨ ਸਿਡਨੀ ਦੀ ਹਰ ਜਿਹੜਾ ਕੋਨਾ ਜਾਂ ਨੌਲੇਜ ਆ ਜਿੰਨੀ ਇਕੱਠੀ ਕਰ ਸਕਦੇ ਉਨੀ ਕੀਤੀ ਹੈ। ਸੋ ਸਿਡਨੀ ਦੇ ਜੇ ਹੁਣ ਆਪਾਂ ਇਸ ਟਾਈਮ ਮੈਨੂੰ ਲੱਗਦਾ ਪ੍ਰਾਈਮ ਲੋਕੇਸ਼ਨ ਹੈ। ਬਿਲਕੁਲ ਜੀ ਬਿਲਕੁਲ। ਇਹਨੂੰ ਮਿਲਸਨ ਪੁਆਇੰਟ ਕਹਿੰਦੇ? ਇਹਨੂੰ ਮਿਲਸਨ ਪੁਆਇੰਟ ਏਰੀਆ ਕਿਹਾ ਜਾਂਦਾ। ਅੱਛਾ, ਇਹ ਨੌਰਥ ਸਿਡਨੀ ਦੇ ਬਿਲਕੁਲ ਨਾਲ ਆ। ਅੱਛਾ, ਔਰ ਇੱਥੋਂ ਜਿਹੜਾ ਵਿਊ ਆ ਤੁਸੀਂ ਵੇਖ ਸਕਦੇ ਹੋ, ਜੇ ਪਿੱਛੇ ਜਿਹੜਾ ਵਿਊ ਆ ਬਿਲਕੁਲ ਓਪਰਾ ਹਾਊਸ, ਡਾਰਲਿੰਗ ਹਾਰਬਰ, ਹਨਾ, ਹਾਰਬਰ ਵਿੱਚ ਤੇ ਉਹ ਡਾਰਲਿੰਗ ਹਾਰਬਰ ਆ। ਅੱਛਾ ਹਾਂਜੀ, ਇਹ ਸਾਰਾ ਵਿਊ ਜਿਹੜੇ ਇੱਕ ਥਾਂ ਤੋਂ ਖੜ ਕੇ ਤੁਸੀਂ ਦੇਖ ਸਕਦੇ ਜੀ। ਡਾਰਲਿੰਗ ਹਾਰਬਰ ਤੇ ਡਾਰਲਿੰਗ ਬ੍ਰਿਜ ਵਿਚਾਲੇ ਕੀ ਫਰਕ ਹੈ, ਕੀ ਚੀਜ਼ ਦਾ? ਡਾਰਲਿੰਗ ਹਾਰਬਰ ਇੱਕ ਏਰੀਆ ਆ ਜਿੱਥੇ ਤੁਸੀਂ ਵਾਕ ਕਰ ਸਕਦੇ ਆ, ਨਾਲ ਰੈਸਟੋਰੈਂਟ ਨੇ, ਬਾਰ ਨੇ। ਅੱਛਾ, ਉਹ ਏਰੀਆ ਦਾ? ਹਾਂਜੀ, ਤੇ ਹਾਰਬਰ ਬ੍ਰਿਜ ਜਿਹੜਾ ਆ ਇਹ ਤੁਸੀਂ ਵੇਖ ਸਕਦੇ ਪਏ, ਅਸੀਂ ਸਿਟੀ ਤੋਂ ਟਰੈਵਲ ਕਰਕੇ ਉਤੋਂ ਦੀ ਜਿਹੜੀਆਂ 8 ਲੇਨਾਂ ਉੱਤੇ ਤੇ 2 ਟ੍ਰੇਨ ਲਾਈਨਾਂ। ਅੱਛਾ, ਉਹ ਟ੍ਰੇਨ ਲਾਈਨਾਂ, ਸੜਕ ਦੀਆਂ ਲਾਈਨਾਂ, 8 ਰੋਡ ਲਾਈਨਾਂ ਤੇ 2 ਟ੍ਰੇਨ ਲਾਈਨਾਂ ਇਹਦੇ ਉੱਪਰ ਜਿਹੜੀਆਂ ਹਨ, ਉਹਦੇ ਤਾਂ ਨਹੀਂ ਆਪਾਂ ਜਿਹੜਾ ਇਹਨੂੰ ਨੌਰਥ ਸਾਈਡ ਨੂੰ ਆਪਾਂ ਇਹ ਨੌਰਥ ਤੇ ਜਿਹੜਾ ਸਾਊਥ ਨੂੰ ਮਿਲਾਉਂਦਾ ਹੈ, ਨੌਰਥ ਤੇ ਸਾਊਥ ਨੂੰ ਮਿਲਾਉਣ ਵਾਲਾ। ਹਾਂਜੀ, ਓਕੇ, ਪੁਲ ਆ ਤੇ ਇਹ ਪੁਲ ਦੇ ਉੱਤੇ ਜਿਹੜੇ ਮੈਂ ਦੇਖ ਰਿਹਾ ਉੱਤੇ ਝੰਡੇ ਲੱਗੇ ਆ, ਉੱਤੇ ਵੀ ਚੜ ਜਾਂਦਾ? ਹਾਂਜੀ, ਉਹਦੇ ਉੱਤੇ ਵੀ ਚੜਿਆ ਜਾ ਸਕਦਾ, ਤਕਰੀਬਨ 200 ਪੌੜੀਆਂ ਆ। ਅੱਛਾ, ਉਹ ਚੜ ਕੇ ਹੀ ਉੱਤੇ ਜਾ ਸਕਦੇ ਆ। ਇਹਦੀ ਜਿਹੜੀ ਓਪਨਿੰਗ ਸੀ ਜਿਹੜਾ ਬਣਿਆ ਸੀਗਾ, ਉਹ ਇਹਦੀ ਜੇ ਪੰਜਾਬੀ ਵਿੱਚ ਸਰਲ ਭਾਸ਼ਾ ਵਿੱਚ ਕਹਿ ਰਹੀ ਤੇਰੀ ਘੁੰਡ ਚੁਕਾਈ ਜਿਹੜੀ ਸੀਗੀ 19 ਮਾਰਚ 1932 ਨੂੰ
ਜਿਹੜੇ ਉਦੋਂ ਦੇ ਪ੍ਰੀਮੀਅਰ ਸੀਗੇ ਨਿਊ ਸਾਊਥ ਵੇਲਜ਼ ਦੇ 1932 ਚ, ਹਾਂਜੀ ਉਹਨਾਂ ਨੇ ਕੀਤੀ ਸੀਗੀ ਤਕਰੀਬਨ 80 ਸਾਲ ਤੋਂ ਉੱਤੇ, ਹਾਂਜੀ ਉਹਨਾਂ ਦਾ ਨਾਮ ਸੀਗਾ ਜੈਕ ਲੈਂਗ, ਜੈਕ ਲੈਂਗ ਨੇ ਕੀਤੀ ਸੀ, ਜੈਕ ਲੈਂਗ ਨੇ ਕੀਤੀ ਸੀਗੀ ਇਹਦੀ ਘੁੰਡ ਚੁਕਾਈ। ਇਹਦੇ ਜਿਹੜਾ ਸਾਰਾ ਮੇਲਾ ਤਾਂ ਲੋਹੇ ਦਾ ਬਣਿਆ ਹੋਇਆ ਪੋਲਾ, ਕੰਕਰੀਟ ਦਾ, ਇਹ ਸਾਰਾ ਸਟੀਲ ਦਾ ਬਣਿਆ ਜੀ। ਹਾਂ ਹਾਂ, ਇਹਦੇ ਤਕਰੀਬਨ ਮੈਂ ਗਲਤ ਨਾ ਹਾਂ ਤੇ 52,800 ਜਿਹੜਾ ਉਹ ਟਨ ਸਟੀਲ ਲਗਾ ਇਹਦੇ ਤੇ, 52,000, ਹਾਂਜੀ ਉਹ ਸਾਰਾ ਇੰਗਲੈਂਡ ਤੋਂ ਇੰਪੋਰਟ ਕੀਤਾ ਗਿਆ ਸੀਗਾ। ਅੱਛਾ, ਹਾਂਜੀ ਤੇ ਇਹਦੇ ਤੇ ਜਿਹੜਾ ਸੀ ਤਕਰੀਬਨ 6 ਸਾਲ ਲੱਗੇ ਇਹਨੂੰ ਬਣਾਉਂਦਿਆਂ, ਬਣਾਉਣ ਤੇ 6 ਸਾਲ ਲੱਗੇ, ਹਾਂਜੀ। ਤੇ ਇਹਦੇ ਚ ਸਾਰਾ ਮੈਨੂੰ ਲੱਗਦਾ ਇਹ ਦੂਜਾ ਬਣਿਆ ਵੀ ਨਟਾਂ ਨਾਲ ਆ ਨਾ। ਇਹ ਵੇਖੋ ਜੇ ਤੁਸੀਂ ਇਹਨੂੰ ਦੂਰੋਂ ਵੇਖੋ ਤੇ ਇੱਕ ਹੈਂਗਰ ਟਾਈਪ ਦਾ ਆ, ਕੋਟ ਹੈਂਗਰ ਟਾਈਪ ਦਾ ਆ, ਤੇ ਇਹ ਸਾਰਾ ਨਟਾਂ ਬੋਲਟਾਂ ਦੇ ਨਾਲ ਬਣਿਆ ਹੋਇਆ ਜੀ। ਅੱਛਾ, ਹਾਂਜੀ ਤੇ ਨਟਾਂ ਬੋਲਟ ਦੇ ਫਿਰ ਤਾਂ ਮਿਲੀਅਨਾਂ ਚ ਲੱਗਿਆ ਹੋਣਾ, ਮਿਲੀਅਨਾਂ 6 ਮਿਲੀਅਨ ਤਕਰੀਬਨ ਨਟ ਬੋਲਟ ਜਿਹੜੇ ਇਹਨੂੰ ਲੱਗੇ ਇਹਨੂੰ ਬਣਾਉਣ ਤੇ। ਕੀ ਬਾਤ ਆ ਜੀ, 6 ਮਿਲੀਅਨ ਦਾ ਨਟ ਕੱਸਦਿਆਂ ਦੇ ਬਾਹਰ ਰਹਿ ਜਾਣੇ ਆ। ਬਿਲਕੁਲ ਜੀ, ਬਿਲਕੁਲ, ਟੌਰ ਕਰੰਚ ਵੀ ਨਹੀਂ ਹੋਣੇ, ਹਾਂਜੀ ਹੱਥ ਨਾਲ ਹੀ ਕੱਸਿਆ ਜੀ। ਵੇਖੋ ਜਿਹੜੇ ਕਾਰਨ ਵਾਲਾ ਮੇਨ, ਜਿਹੜਾ ਮੈਂ ਇੱਕ ਚੀਜ਼ ਦੇਖਿਆ ਵੀ ਸਿਡਨੀ ਦਾ ਇਹ ਆਇਕਨਿਕ ਥਾਂ ਦੁਨੀਆ ਦਾ ਜਦੋਂ ਗੱਲ ਛਿੜਦੀ ਆ ਤੇ ਸਾਹਮਣੇ ਆਉਂਦੀ ਆ ਸਿਡਨੀ ਦੀ ਗੱਲ, ਹਾਂਜੀ ਬਿਲਕੁਲ ਜੀ। ਪਰ ਲੋਕਲ ਸਿਡਨੀ ਚ ਰਹਿੰਦੇ ਤੁਸੀਂ ਕਿੰਨਾ ਕਾਉਣੇ ਇੱਥੇ? ਤਕਰੀਬਨ 5-7 ਵਾਰੀ ਤਾਂ ਦਿਹਾੜੀ ਚ ਉਧਰੋਂ ਆਇਆ ਨੂੰ ਟੱਪ ਜੀ ਦਾ, ਇਧਰੋਂ ਉਹਨੂੰ ਟੱਪ ਜੀ ਦਾ, ਟੈਕਸੀ ਚਲਾਉਣ ਕਰਕੇ। ਸੋ ਤੁਹਾਡੇ ਲਈ ਤਾਂ ਇੱਕ ਇਹ ਟ੍ਰੈਫਿਕ ਦਾ ਉਹ ਟ੍ਰੈਫਿਕ ਦਾ ਜਰੀਆ, ਜੇ ਸਪੈਸ਼ਲ ਕਿਹਾ ਜਾਵੇ ਵੀ ਇੱਥੇ ਕਿੰਨੀ ਵਾਰੀ ਤੁਸੀਂ ਵੇਖਣਾ ਹੈ ਤੇ ਉਹ ਆਪਾਂ ਜਿਹੜਾ ਆ ਉੱਥੇ ਸਪੈਸ਼ਲੀ ਇਹਦੇ ਤੇ ਕਲਾਈਮ ਕਰਨ ਜਾਂ ਉਦਾਂ ਇਹਨੂੰ ਵੇਖਣ ਨਹੀਂ ਕਦੀ ਆਏ, ਉਦਾਂ ਜੇ ਕਦੇ ਬਿਊਟੀ ਵੇਖਣੀ ਹੋਵੇ ਤਾਂ ਆਉਣਾ ਹੋਵੇ ਤਾਂ ਉਦਾਂ ਆ ਜੀਦਾ। ਮੈਂ ਨਵਦੀਪ ਦੇਖ, ਆਪਾਂ ਜਿਹੜੀਆਂ ਨੌਲੇਜ ਆ ਜਿਹੜੀ ਉਹ ਤਾਂ ਦੇਣੀ ਆ, ਹਾਂਜੀ। ਪਰ ਕਈ ਨਾ ਮੇਰਾ ਹੈਗਾ ਦਿਮਾਗ ਉਹ ਪਿੰਡਾਂ 'ਚ ਰਹਿੰਦਾ ਹਜੇ, ਉੱਥੇ ਪਿੰਡ ਹੁਣ ਜੋ ਪਾਣੀ ਹੁੰਦਾ ਸੀ, ਛੱਪੜ ਹੁੰਦਾ ਸੀ, ਸੂਏ ਹੁੰਦੇ ਤੇ ਨਹਾਉਣ ਨੂੰ ਜੀ ਕਰਦਾ, ਹਾਂਜੀ। ਇੱਥੇ ਨਹਾਉਣ ਨੂੰ ਦੇ ਦਿੰਦੇ ਤਾਂ ਜੀ, ਇੱਥੇ ਨਹਾਉਣ ਨਹੀਂ ਦੇ ਸਕਦੇ ਇਹਨੂੰ, ਤੁਸੀਂ ਖੜ ਕੇ ਕੰਢੇ ਤੇ ਸਿਰਫ ਤੁਸੀਂ ਇੰਜੋਏ ਕਰ ਸਕਦੇ ਹੋ, ਜਿੱਦਾਂ ਤੁਸੀਂ ਵੇਖ ਸਕਦੇ ਆ ਚਾਰ ਚਫੇਰੇ ਜਿਵੇਂ ਬੋਟ ਚੱਲ ਰਿਹਾ, ਲੋਕੀ ਇੰਜੋਏ ਕਰ ਰਿਹਾ ਸੰਡੇ ਦਾ ਦਿਨ ਆ, ਤੇ ਇਹ ਸਿਰਫ ਇੰਜੋਏ ਕਰਨ ਦਾ ਇੱਕ ਜਿਹੜਾ ਜ਼ਰੀਆ ਆ ਉਹ ਆ ਜਿਹੜਾ ਇੱਥੇ ਸੀਨੀ ਦਾ। ਮੈਂ ਇੱਥੇ ਟ੍ਰੈਫਿਕ ਦੇਖ ਰਿਹਾ ਜਿਹੜੀ ਸੀ ਟ੍ਰੈਫਿਕ ਜਿਹਨੂੰ ਕਹਿ ਸਕਦੇ, ਇਹ ਬਹੁਤ ਸਾਰੇ ਸ਼ਿਕਰੇ ਇੱਧਰ ਜਾਈ ਜਾਂਦੇ ਆ, ਇੱਧਰ ਜਾਈ ਜਾਂਦੇ ਆ। ਇਹ ਲੋਕਲ ਸਿਡਨੀ ਨੂੰ ਐਜ ਏ ਬਾਏ ਜਿਵੇਂ ਸੁਖਬੀਰ ਵਾਲੀਆਂ ਪਾਣੀ ਵਾਲੀਆਂ ਬੱਸਾਂ ਹੈ, ਇਹ ਸੁਖਬੀਰ ਵਾਲੀਆਂ ਪਾਣੀ ਵਾਲੀਆਂ ਬੱਸਾਂ ਨਹੀਂ ਜੀ, ਇਹਦੇ ਜੇ ਸੁਖਬੀਰ ਵਾਲੀਆਂ ਪਾਣੀ ਵਾਲੀਆਂ ਬੱਸਾਂ ਹੁੰਦੀਆਂ ਤੇ ਕਦੋਂ ਦੀਆਂ ਫੇਲ ਹੋ ਚੁੱਕੀਆਂ ਹੁੰਦੀਆਂ। ਇਹ ਸਪੈਸ਼ਲੀ ਜਿਹੜੇ ਡਿਜ਼ਾਈਨ ਕੀਤੇ ਆ ਸ਼ਿਪ ਜਿਹੜੇ ਆ, ਇਹ ਛੋਟੇ ਛੋਟੇ ਰੈਸਟੋਰੈਂਟ ਆ, ਲੋਕੀ ਕਰੂਜ਼ ਪਾਰਟੀਆਂ ਕਰਦੇ ਆ ਉਹ ਹੁੰਦੇ ਆ, ਕੋਈ ਵੈਡਿੰਗ ਦੀ ਪਾਰਟੀ ਚੱਲ ਰਹੀ ਆ, ਕੋਈ ਚੱਲ ਰਹੀ ਆ, ਬਟ ਕਈ ਇਹਨਾਂ ਚੋਂ ਮੋਸਟਲੀ ਜਿਹੜੇ ਆ ਪ੍ਰਾਈਵੇਟ ਆ। ਜਦੋਂ ਅਸੀਂ ਈਸਟਰਨ ਸਵਰਮਾ ਵੱਲ ਜਾਵਾਂਗੇ ਨਾ ਤੇ ਤੁਸੀਂ ਵੇਖੋਗੇ ਵੀ ਉੱਥੇ 100 ਦੀ ਗਿਣਤੀ ਦੇ ਵਿੱਚ ਜਿਹੜੇ ਛੋਟੇ ਕਰੂਜ਼ ਆ ਉਹ ਖੜੇ ਆ, ਲੋਕੀ ਓਨ ਕਰਦੇ ਆ ਉਹਨਾਂ ਨੂੰ ਆਪਦੇ ਆ, ਤੇ ਉਹ ਫਿਰ ਏਦਾਂ ਸੰਡੇ ਜਿਹੜਾ ਨਿਕਲਦੇ ਆ ਪਾਣੀ 'ਚ, ਜਿੱਦਾਂ ਹੁਣ ਲੋਕੀ ਇੰਜੋਏ ਕਰ ਨਿਕਲਦੇ ਆ ਤੇ ਆ ਕੇ ਸੰਡੇ ਪਾਣੀ ਦੇ ਵਿੱਚ ਏਦਾਂ ਘੁੰਮਦੇ ਆ ਫਿਰਦੇ ਆ, ਹਨਾ, ਹਾਂਜੀ। ਮੈਂ ਇੱਥੇ ਉਹ, ਚਲੋ ਆਪਾਂ ਨਾਲ ਸਿਆਸਤ ਦੀ ਵੀ ਥੋੜ੍ਹੀ ਬਹੁਤ ਗੱਲ ਕਰਦੇ ਹਾਂ, ਸਿਆਸਤ 'ਚ ਹੁਣ ਸੁਖਬੀਰ ਦੀ ਆਪਾਂ ਜ਼ਿਕਰ ਕੀਤਾ, ਕਈ ਗੱਲਾਂ ਕੁਝ ਅੱਤ ਕਥਨੀਆਂ ਨਹੀਂ ਹੁੰਦੀਆਂ ਦੋਸਤੋ। ਮੈਂ ਉਦੋਂ ਵੀ ਕਿਹਾ ਸੀਗਾ ਵੀ ਮੈਂ ਕਦੇ ਕਿਸੇ ਨਾਲ ਇਹ ਨਹੀਂ, ਮੈਂ ਕੋਈ ਸਿਆਸੀ ਤੌਰ ਦੇ ਉੱਤੇ ਕਿਸੇ ਦੀ ਵਿਰੋਧਤਾ ਜਾਂ ਉਹ ਨਹੀਂ ਕਰ ਰਹੇ ਅਸੀਂ, ਇੱਥੇ ਚਲੋ ਗੱਲ ਛਿੜ ਗਈ ਆ ਤਾਂ ਆਪਾਂ ਕਰਦੇ ਹਾਂ। ਅੱਤ ਕਥਨੀ ਨਹੀਂ ਹੈ ਪਾਣੀ ਵਾਲੀਆਂ ਬੱਸਾਂ, ਪਾਣੀ ਵਾਲੀਆਂ ਬੱਸਾਂ ਬਣਾਉਣੀਆਂ ਜਾਂ ਛੱਡਣੀਆਂ ਕੋਈ ਅੱਤ ਕਥਨੀ ਨਹੀਂ। ਉਹ ਨਾ ਵੇ ਆਫ ਟਾਕਿੰਗ ਜਾਂ ਪ੍ਰੈਜੈਂਟੇਸ਼ਨ ਗਲਤ ਸੀਗੀ ਵੀ ਕਿਵੇਂ ਕੀਤੀ ਜਾ ਸਕਦੀ ਹੈ, ਜਾਂ ਇੱਕ ਡਰਾਮਾ ਕੀਤਾ ਗਿਆ, ਇੱਕ ਐਵੇਂ ਕਿਸ਼ਤੀ ਲਿਆ ਕੇ ਛੱਡੀ ਗਈ। ਅਸਲ ਦੇ ਵਿੱਚ ਪਾਣੀ ਇੱਕ ਯਾਤਾਯਾਤ ਦਾ ਸਭ ਤੋਂ ਪੁਰਾਣਾ ਸਾਧਨ ਆ ਤੇ ਰਿਹਾ ਵੀ ਆ, ਤੇ ਇੱਥੇ ਵੀ ਆ, ਦੁਨੀਆ ਭਰ ਦੇ ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਪਾਣੀ ਇੱਕ ਯਾਤਾਯਾਤ ਦਾ ਸਾਧਨ ਆ। ਸੋ ਜੇ ਪੰਜਾਬ ਦੀਆਂ ਨਦੀਆਂ ਨੂੰ ਵਰਤਿਆ ਜਾਵੇ ਇਸ ਲਈ ਵਰਤਿਆ ਜਾ ਸਕਦਾ, ਪਰ ਸਾਡੇ ਨਾਲ ਥੋੜਾ ਜਿਹਾ ਮਜ਼ਾਕ ਸਿਆਸੀ ਪੱਖ ਉਧਰਲੇ ਪਾਸੇ ਲੈ। ਵੇਖੋ ਜੀ ਤੁਸੀਂ ਇੱਕ ਗੱਲ, ਜੇ ਤੁਸੀਂ ਇੱਥੇ ਵੇਖੋ ਤੇ ਇੱਥੇ ਚੱਲ ਰਹੀਆਂ ਕਰੂਜ਼ ਚੱਲ ਰਹੇ ਆ, ਸ਼ਿਪ ਚੱਲ ਰਹੇ ਆ ਲੋਕਾਂ ਦੇ ਪ੍ਰਾਈਵੇਟ, ਕਿਸੇ ਨੂੰ ਕੋਈ ਨੁਕਸਾਨ ਹੋ ਰਿਹਾ ਨਾ? ਉੱਥੇ ਜੇ ਇੱਕ ਚਲਾਉਣਾ ਹੋਵੇ ਤਾਂ ਸੁਖਬੀਰ ਨੇ ਜਦੋਂ ਚਲਾਇਆ ਸੀ ਉਦੋਂ ਪਤਾ ਨਹੀਂ ਉਹਨੇ ਕਿੰਨੀਆਂ ਲੋਕਾਂ ਦੀ ਫਸਲ ਜਿਹੜੀ ਉਹ ਤਬਾਹ ਕਰਤੀ, ਫਿਰ ਸ਼ੁਰੂ ਕੀਤਾ ਸੀਗਾ ਇਹ ਚੀਜ਼ਾਂ ਮਾੜੀਆਂ, ਇਹ ਚੀਜ਼ਾਂ ਮਾੜੀਆਂ। ਇੱਥੇ ਜਿਹੜਾ ਇਸ ਏਰੀਆ ਦੇ ਵਿੱਚ ਹੁਣ ਆਪਾਂ ਸਿਡਨੀ ਦੇਖਿਆ, ਮੈਂ ਸਾਰੀ ਪਹਾੜੀ 'ਚ ਵਸੀ ਹੋਈ ਆ, ਪਹਾੜੀ ਏਰੀਆ ਟੋਟਲੀ ਸਾਰਾ ਜੀ। ਇਹਦੇ 'ਚ ਜਿਹੜਾ ਹੁਣ ਜਿਹੜਾ ਜਿਹੜੇ ਹੁਣ ਮੇਨ ਜਿਵੇਂ ਪੋਸ਼ ਏਰੀਆ ਦਿੱਲੀ ਦਾ ਆਪਾਂ ਕਨੌਟ ਪਲੇਸ ਏਰੀਆ ਆ ਗਿਆ, ਜਾਂ ਫਿਰ ਜਿਹੜੇ ਜਿੱਥੇ ਸਾਡੇ ਮਿਨਿਸਟਰ ਰਹਿੰਦੇ ਆ ਉਹ ਰਹਿੰਦੇ, ਇੱਥੇ ਵੀ ਅੱਡੋ ਅੱਡ ਏਰੀਏ ਤਾਂ ਹੈ। ਦੇਖੋ ਜੀ ਇਹਦੇ ਨਾਲ ਜੇ ਆਪਾਂ ਥੋੜਾ ਜਿਹਾ ਪਰੇ ਨੂੰ ਵੇਖੀਏ, ਜਿੱਥੇ ਉਹ ਤੁਹਾਨੂੰ ਪੰਘੂੜੇ ਦਿਖ ਰਹੇ ਆ, ਉਹਦੇ ਤੋਂ ਪਰਲੇ ਪਾਸੇ ਕਿਰੀਬਿਲੀ ਏਰੀਆ, ਅੱਛਾ, ਜਿੱਥੇ ਕਿ ਪ੍ਰਾਈਮ ਮਿਨਿਸਟਰ ਦਾ ਹਾਊਸ ਆ, ਕਿਰੀਬਿਲੀ ਹਾਊਸ ਕਿਹਾ ਜਾਂਦਾ, ਅੱਛਾ। ਉਹ ਤੋਂ ਪਰਲੇ ਪਾਸੇ ਆ ਜਾਈਏ ਤੇ ਨਿਊਟਰਲ ਬੇ ਆ, ਅੱਛਾ, ਮੌਸਮੇਨ, ਇਹ ਸਾਰੇ ਪੋਸ਼ ਏਰੀਆ ਜਿੰਨੇ ਪਾਣੀ ਦੇ ਨਾਲ ਆ। ਓਕੇ, ਪਾਣੀ ਦੇਖਣਾ ਚਾਹੀਦਾ, ਪਾਣੀ ਦੇਖਣਾ ਚਾਹੀਦਾ ਆ। ਮੈਂ ਹੁਣ ਪਿੱਛੇ ਜੇ ਖਬਰ ਪੜੀ ਸੀ ਵੀ ਜਿਹੜਾ ਇੱਥੋਂ ਦਾ ਲੋਕਲ ਪ੍ਰੀਮੀਅਰ ਆ ਉਹਨੂੰ ਵੀ ਉੱਥੇ ਘਰ ਮਿਲਿਆ ਸੀ, ਉਹਨੇ ਜਵਾਬ ਦਿੱਤਾ ਕਿ ਨਾ ਮੈਂ ਨਹੀਂ ਲੈਂਦਾ। ਇਹ ਉਹਨੇ ਤਾਂ ਜਵਾਬ ਦਿੱਤਾ ਕਿਉਂਕਿ ਉਹ ਸਵਿਮਿੰਗ ਪੂਲ ਨਹੀਂ ਹੈਗਾ। ਅੱਛਾ, ਨਿਆਣੇ ਨਹੀਂ ਮੰਨਦੇ, ਨਿਆਣੇ ਨਹੀਂ ਮੰਨਦੇ। ਸੋ ਸਿਆਸਤ, ਸਿਆਸੀ ਲੋਕ ਹਰ ਥਾਂ ਤੇ ਉਹੇ ਜਿਹੇ ਹੁੰਦੇ ਆ ਜੀ। ਪਹਿਲਾਂ ਇਹ ਜੀਆਂ ਬਹੁਤ ਘੱਟ ਸੁਣਨ ਨੂੰ ਮਿਲਦੀਆਂ ਸੀ, ਪਰ ਇਹ ਲੇਟੈਸਟ ਗੱਲ ਆਈ ਆ ਵੀ ਪ੍ਰੀਮੀਅਰ ਕਹਿੰਦਾ ਮੈਂ ਘਰ ਨਹੀਂ ਲੈਂਦਾ ਕਿਉਂਕਿ ਉਹ 'ਚ ਸਵਿਮਿੰਗ ਪੂਲ ਹੈ ਨਹੀਂ, ਮੇਰੇ ਨਿਆਣੇ ਰੁੱਸਦੇ ਆ। ਸੋ ਕੋਈ
ਉਹਦੇ ਤਾਂ ਮੈਂ ਇੱਕ ਵਾਰੀ ਵਿਜ਼ਿਟ ਕੀਤਾ ਜੀ, ਉਹਦੇ ਤੋਂ ਬਹੁਤ ਵਧੀਆ ਵਿਊ ਲੱਗਦਾ ਜਦੋਂ ਉੱਤੇ ਆਪਾਂ ਖੁੜ ਕੇ ਵੇਖਦੇ ਆ 360 ਐਂਗਲ ਤੋਂ ਆਪਾਂ ਜਾ ਕੇ ਚਾਰ ਸਕੇ ਉਹਦੇ ਵੇਖ ਸਕਦੇ ਹਾਂ। ਅੱਛਾ, ਸਾਰੀ ਸਿਡਨੀ ਦਿੰਦੀ ਆ? ਸਾਰੀ ਸਿਡਨੀ ਦਿੰਦੀ ਆ, ਔਰ ਜਿਹੜੀਆਂ ਥੱਲੇ ਮਤਲਬ ਗੱਡੀਆਂ ਜਾਂ ਰੋਡ ਆ ਬਿਲਕੁਲ ਮਤਲਬ ਛੋਟੇ ਛੋਟੇ ਦਿੰਦੇ ਆ। ਇਹ ਵੀ ਇੱਕ ਬਹੁਤ ਵੱਡਾ ਟੂਰਿਸਟ ਜਿਹੜਾ ਵਾ ਉਹ ਪੁਆਇੰਟ ਆ ਸਿਡਨੀ ਦਾ ਨਾ। ਅੱਛਾ, ਟੂਰਿਸਟ ਐਂਗਲ ਆ ਜਿਹੜਾ ਜਿਹਨੂੰ ਆਪਾਂ ਕਹਿ ਸਕਦੇ ਹਾਂ। ਜੇ ਹਾਰਬਰ ਬੇ ਤੇ ਉਪਰਾ ਹਾਊਸ ਤੋਂ ਬਾਅਦ ਆਉਣਾ ਤਾਂ ਫਿਰ ਉਹ ਨਾਮ ਦਾ ਸਿਡਨੀ ਸਿਡਨੀ ਟਾਵਰ ਦਾ। ਉਹਦੇ ਤੇ ਜਾਣ ਲਈ ਟਾਵਰ ਦੇ ਟਿਕਟ ਆ ਜਾਂ ਕੀ ਸਿਸਟਮ? ਉਹਦੀ ਟਾਵਰ ਦੀ ਟਿਕਟ ਆ। ਇਹ ਸਿਡਨੀ ਮਾਰਕੀਟ ਸਟਰੀਟ ਦੇ ਉੱਤੇ ਜਿਹੜਾ ਵੈਸਟ ਫੀਲਡ ਆ ਉਹਦੇ ਵਿੱਚੋਂ ਦੀ ਐਂਟਰੀ ਹੈ ਇਹਦੀ। ਅੱਛਾ ਅੱਛਾ, ਉਹ ਪਹਿਲਾਂ ਮਾਰਕੀਟ ਦੇ ਵਿੱਚ ਦੀ ਹੋ ਕੇ ਇਹਦੇ ਤੇ ਜਾਣਾ ਪੈਂਦਾ। ਮਾਰਕੀਟ ਸਟਰੀਟ ਦੇ ਵਿੱਚ ਵੜ ਕੇ ਨੂੰ ਮਾਰਕੀਟ ਸਟਰੀਟ ਆ, ਮਾਰਕੀਟ ਸਟਰੀਟ ਦੇ ਉੱਤੇ ਵੈਸਟ ਫੀਲਡ ਆ। ਓਕੇ ਓਕੇ, ਤੇ ਵੈਸਟ ਫੀਲਡ ਦੇ ਵਿੱਚ ਜਾ ਕੇ ਤੇ ਵੈਸਟ ਫੀਲਡ ਦੇ ਵਿੱਚੋਂ ਐਂਟਰੀ ਆ ਜੀ। ਓਕੇ ਓਕੇ, ਹਾਂਜੀ। ਸੋ ਟੂਰਿਸਟ ਉੱਥੇ ਹੀ ਬਹੁਤ ਜਾਂਦੇ? ਟੂਰਿਸਟ ਬਹੁਤ ਜਾਂਦੇ ਜੀ। ਇਹ ਜਿਹੜੀ ਬਿਜ਼ਨਸ ਹੱਬ ਹਰੇਕ ਸਿਟੀ ਦੀ ਹੁੰਦੀ ਆ, ਉਹ ਨਾਰਥ ਵਾਲੇ ਪਾਸੇ ਆ ਜਾਂਦੇ ਸਭ? ਵੇਖੋ ਜੀ, ਜੇ ਸਿਡਨੀ ਦਾ ਲਾਈਏ, ਜਿੰਨੇ ਵੀ ਮੇਨ ਆਫਿਸ ਆ ਪਹਿਲਾਂ ਸਿਡਨੀ ਸਿਟੀ 'ਚ ਆ, ਸਿਟੀ ਦੇ ਵਿੱਚ, ਤੇ ਜੇ ਉਹ ਤੋਂ ਬਾਅਦ ਦੂਸਰੇ ਨੰਬਰ ਤੇ ਲਾਇਆ ਜਾਵੇ ਤਾਂ ਉਹ ਜਿੰਨੇ ਮੇਨ ਆਫਿਸ ਆ ਉਹ ਨਾਰਥ ਸਿਡਨੀ 'ਚ ਆ। ਤੇ ਤਕਰੀਬਨ ਜਿਹੜੇ ਮਤਲਬ ਦੇਣ ਵੇਲੇ ਜਿੰਨੀ ਵੀ ਟਰੈਵਲ ਇੱਧਰ ਉੱਧਰ ਜਾਂਦੇ ਆ ਉਹ ਸਾਰੀਆਂ ਮੀਟਿੰਗਾਂ ਅਟੈਂਡ ਕਰਦੇ, ਕੋਈ ਉਧਰੋਂ ਐਨ ਜਾ ਰਿਹਾ, ਕੋਈ ਉਧਰੋਂ ਐਨ ਜਾ ਰਿਹਾ। ਚਲੋ ਆਪਾਂ ਨਾ ਇਹ ਤਾਂ ਗੱਲਾਂ ਕੀਤੀਆਂ, ਆਪਾਂ ਹੁਣ ਨਵੇਂ ਜਿਹੜੇ ਮੁੰਡੇ ਆਉਂਦੇ ਆ ਉਹਨਾਂ ਨਾਲ ਉਹਨਾਂ ਬਾਰੇ ਗੱਲਬਾਤ ਕਰਦੇ ਆ 2 ਮਿੰਟ। ਹਾਂਜੀ ਨਵਦੀਪ, ਤੁਸੀਂ 2007 ਚ ਆਏ? ਹਾਂਜੀ ਭਾਜੀ। 7 ਚ ਉਦੋਂ ਹਜੇ ਸਟੂਡੈਂਟਸ ਆ ਹੀ ਰਿਹਾ ਸੀਗਾ, ਆ ਹੀ ਰਿਹਾ ਸੀ। ਹਾਂਜੀ, ਕੋਈ ਤੁਸੀਂ ਜਿਹੜੀਆਂ ਦਿੱਕਤਾਂ ਆਈਆਂ ਹੋਣ ਤੇ ਤੁਹਾਨੂੰ ਲੱਗੇ ਵੀ ਉਹ ਇੱਥੇ ਹੁਣ ਗੱਲ ਕਰਨੀ ਕਿਸੇ ਦੇ ਲਾਹੇਵੰਦ ਹੋ ਸਕਦੀ ਹੈ? ਦੇਖੋ, ਦਿੱਕਤਾਂ ਤੇ ਅੱਜ ਵੀ ਆਉਂਦੀਆਂ ਜਿਹੜੇ ਸਟੂਡੈਂਟ ਉੱਥੋਂ ਨਵੇਂ ਆਉਂਦੇ ਆ, ਪਰ ਉਦੋਂ ਦੀਆਂ ਦਿੱਕਤਾਂ ਤੇ ਹੁਣ ਦੀਆਂ ਦਿੱਕਤਾਂ ਦਾ ਜਿਹੜਾ ਉਹ ਥੋੜਾ ਡਿਫਰੈਂਸ ਆ। ਉਦੋਂ ਦਿੱਕਤਾਂ ਇਹ ਸੀਗੀਆਂ ਕਿ ਹੁਣ ਤੇ ਕੰਮ ਦੀ ਵੀ ਅਪਰਚੁਨਿਟੀ ਜਿਹੜੀ ਆ ਉਹ ਇੱਥੇ ਜ਼ਿਆਦਾ ਵੱਧ ਗਈ ਆ ਕਿ ਕੰਮ ਮਤਲਬ ਮਿਲ ਜਾਂਦਾ ਹੈ ਸਾਰਿਆਂ ਨੂੰ, ਹਨਾ, ਥੋੜਾ ਜਿਹਾ ਲੱਭਣਾ ਪੈਂਦਾ ਜਾਂ ਘਰੋਂ ਨਿਕਲਣਾ ਪੈਂਦਾ ਵੀ ਕੰਮ ਲੱਭਣ ਜਾਣਾ ਆ। ਉਦੋਂ ਕੀ ਹੁੰਦਾ ਸੀਗਾ ਵੀ ਦੋ ਹੀ ਸਹਾਰੇ ਹੁੰਦੇ ਸੀ, ਜਾਂ ਕਾਰ ਵਾਸ਼ ਜਾਂ ਕੋਈ ਕਲੀਨਿਕ ਦੀ ਜੋਬ, ਤੇ 20 ਘੰਟੇ ਕੰਮ ਜਿਹੜਾ ਸਟੂਡੈਂਟ ਨੂੰ ਲੋਡ ਹੁੰਦਾ ਸੀਗਾ। ਤੇ ਹੁਣ ਤੁਸੀਂ ਇਹ ਦੱਸੋ ਵੀ 20 ਘੰਟੇ ਕੰਮ ਕਰਕੇ ਉਦੋਂ ਕਾਰ ਵਾਸ਼ਾਂ ਦੀ ਤਨਖਾਹ ਵੀ ਜਿਹੜੀ $10.84 ਹੁੰਦੀ ਸੀਗੀ ਘੰਟੇ ਦੀ, ਤੇ 20 ਘੰਟੇ ਕੰਮ ਕਰਕੇ ਜਾਂ 30 ਘੰਟੇ ਕੰਮ ਕਰਕੇ ਉਹਦੇ ਤੋਂ ਨਾ ਤੇ ਫੀਸ ਤਰਦੀ ਸੀਗੀ ਤੇ ਨਾ ਗੁਜ਼ਾਰਾ ਹੁੰਦਾ ਸੀਗਾ। ਫਿਰ ਉਹਦੇ ਲਈ ਕੀ ਸੀਗਾ, ਇੱਕ ਪਾਰਟ ਟਾਈਮ ਜੋਬ ਲੱਭਣੀ ਪੈਂਦੀ ਸੀ, ਤੇ ਇਸ ਕਰਕੇ ਕੈਸ਼ ਜੋਬ ਲੱਭ ਜੇ ਜਿਹੜਾ ਇਲੀਗਲ ਸੀਗਾ, ਤਾਂ ਉਹ ਕੈਸ਼ ਜੋਬ ਜਿਹੜੀ ਸੀਗੀ ਉਹ ਫਿਰ ਉਹਦੇ ਵਿੱਚ ਖੱਜਲ ਖਰਾਬੀ ਵੀ ਬਹੁਤ ਹੁੰਦੀ ਸੀ। ਤੁਸੀਂ ਕੰਮ ਕੀਤਾ, ਪਤਾ ਨਹੀਂ ਤੁਹਾਨੂੰ ਪੈਸੇ ਮਿਲਣੇ ਆ ਜਾਂ ਨਹੀਂ ਮਿਲਣੇ। ਤਾਂ ਹੁਣ ਤਾਂ ਇਹ ਆ ਵੀ ਥੋੜਾ ਜਿਹਾ ਹੁਣ ਸਿਸਟਮ ਚੇਂਜ ਹੋ ਗਿਆ, ਹੁਣ ਜਿਹੜੇ ਨਵੇਂ ਸਟੂਡੈਂਟ ਆਉਂਦੇ ਉਹ ਸਿੱਖੇ ਸਿਖਾਏ ਆ ਰਹੇ ਆ, ਪਹਿਲਾਂ ਟ੍ਰੇਨਡ ਆ ਰਿਹਾ। ਹੁਣ ਉਦੋਂ ਸੀਗਾ ਜਦੋਂ ਆਪਾਂ ਆਏ ਸੀਗੇ ਉਦੋਂ ਇਹ ਸੀਗਾ ਜ਼ਿਆਦਾ ਨਾ ਤੇ ਆਈਫੋਨ ਸੀਗੇ, ਹੁਣ ਅੱਜ ਨਾ ਇੰਨੀਆਂ ਵੈਬਸਾਈਟਾਂ ਦਾ ਪਤਾ ਸੀ, ਨਾ ਗੰਮਟਰੀ ਦਾ ਪਤਾ ਸੀਗਾ ਇੰਨਾ ਕਿ ਕਿੱਥੋਂ ਜੋਬ ਲੱਭਣੀ ਆ, ਕਿੱਥੇ ਜੋਬ ਜਾ ਕੇ ਉਹ ਪਤਾ ਕਰਨਾ ਆ। ਹੁਣ ਸੋਰਸ ਵੀ ਕਾਫੀ ਹੋ ਗਿਆ, ਹੁਣ ਤੁਸੀਂ ਉੱਥੋਂ ਜੇ ਕੋਈ ਆਉਂਦਾ ਆ ਤੇ ਉਹਦਾ ਤਕਰੀਬਨ ਨਾ ਤਕਰੀਬਨ ਜਾਂ ਤੇ ਪਿੰਡ ਚੋਂ ਜਾਂ ਰਿਸ਼ਤੇਦਾਰਾਂ ਚੋਂ ਕੋਈ ਨਾ ਕੋਈ ਇੱਥੇ ਮਿਲ ਹੁੰਦਾ ਹੀ ਆ। ਜੇ ਸਿਡਨੀ ਵਿੱਚ ਨਹੀਂ ਹੋਊਗਾ ਤੇ ਐਡੀਲੇਟ ਵਿੱਚ ਹੋਊਗਾ ਜਾਂ ਬ੍ਰਿਸਬੇਨ ਵਿੱਚ ਹੋਊਗਾ, ਉਹ ਫਿਰ ਕਹਿੰਦੇ ਵੀ ਚਲੋ ਠੀਕ ਆ, ਅਸੀਂ ਸਾਡਾ ਜਾਣਕਾਰ ਹੈਗਾ ਸਿਡਨੀ ਦੇ ਵਿੱਚ, ਅਸੀਂ ਜਾ ਕੇ ਉਹਨੂੰ ਫੋਨ ਕਰ ਦਿੰਦੇ ਹਾਂ ਤੇ ਚਲੋ ਕੋਈ ਨੀ ਉਹ ਤੁਹਾਡੀ ਹੈਲਪ ਕਰ ਦੂਗਾ। ਤੇ ਦੂਸਰੀ ਗੱਲ ਇਹ ਵੀ ਜਿਹੜੇ 2007 ਵਿੱਚ ਜਾਂ 8 ਵਿੱਚ ਜਾਂ 9 ਵਿੱਚ ਆਏ ਆ, ਹੁਣ ਉਹ ਜਿਨ੍ਹਾਂ ਨੇ ਇਹ ਚੀਜ਼ਾਂ ਹੰਢਾਈਆਂ ਆ, ਹਾਰਡਵਰਕ ਕੀਤਾ ਆ, ਜਾਂ ਉਹਨਾਂ ਨੇ ਕੋਈ ਸੰਕਟ ਜਿਹੜੇ ਉਹ ਭੋਗੇ ਆ, ਉਹ ਨਹੀਂ ਚਾਹੁੰਦੇ ਵੀ ਜਿਹੜਾ ਉੱਥੋਂ ਕੋਈ ਹੋਰ ਆ ਰਿਹਾ ਉਹ ਸੰਕਟ ਉਹ ਭੋਗੇ। ਸੋ ਇਸ ਕਰਕੇ ਜਿਹੜੀ ਯੰਗ ਜਨਰੇਸ਼ਨ ਆ ਇੱਥੇ ਉਹ ਜਿਹੜੀ ਆ ਉਹ ਹੈਲਪਫੁੱਲ ਆ, ਉਹ ਹੈਲਪ ਕਰਦੇ ਆ ਜਿਹੜੇ ਨਵੇਂ ਸਟੂਡੈਂਟ ਆਉਂਦੇ ਆ, ਤੇ ਰੱਬ ਕਰੇ ਏਦਾਂ ਹੀ ਰੀਤ ਚੱਲਦੀ ਰਹੇ ਤੇ ਇੱਕ ਦੂਜੇ ਦੇ ਅਸੀਂ ਕੰਮ ਆਉਂਦੇ ਰਹੀਏ। ਕੋਈ ਆਏ ਜਾਂ ਜਦੋਂ ਤੁਸੀਂ ਆਏ ਸੀ, ਕਿਉਂਕਿ ਸੁਪਨੇ ਮੈਂ ਵੀ ਲੈ ਕੇ ਆਇਆ ਸੀ, ਮੈਨੂੰ ਵੀ ਲੱਗਦਾ ਵੀ ਏਅਰਪੋਰਟ ਤੇ ਗੁਲਦਸਤੇ ਮਿਲਣਗੇ, ਹਾਂਜੀ, ਤੁਸੀਂ ਇੱਕਦਮ ਕੋਈ ਝਟਕਾ ਕੋਈ ਵੱਡਾ ਯਾਦ ਹੋਵੇ ਵੀ ਜਦੋਂ ਆਏ ਸੀ ਤੇ ਕੀ ਤੁਹਾਨੂੰ ਲੱਗਿਆ ਵੀ ਆਹ ਤਾਂ ਯਾਰ ਕਿੱਥੇ ਫਸ ਗਏ ਕਿਤੇ ਕਹਿ ਜਾ ਦੇਣ ਕਿਤੇ? ਦੇਖੋ, ਜਦੋਂ ਅਸੀਂ ਇੱਥੇ ਆਏ ਤੇ ਪਹਿਲੇ ਦਿਨ ਮੈਂ ਕਾਰ ਵਾਸ਼ ਤੇ ਗਿਆ ਸੀਗਾ, ਠੀਕ ਹੈ, ਤਾਂ ਹੁਣ ਉੱਥੇ ਉੱਥੋਂ ਦਾ ਸਿਸਟਮ ਹੋਰ ਸੀਗਾ ਇੰਡੀਆ ਦਾ, ਉੱਥੇ ਮਾਂ ਪਿਓ ਦੇ ਸਿਰ ਤੇ ਵੇਲੀਆਂ ਖਾਧੀਆਂ ਸੀ, ਘਰ ਕਾਰ ਨਹੀਂ ਸੀ ਧੋਤੀ। ਤੇ ਇੱਥੇ ਆ ਕੇ ਪਹਿਲੇ ਦਿਨ ਮੈਨੂੰ ਜ਼ਿਆਦਾ 60-70 ਗੱਡੀਆਂ ਦੇ ਜਦੋਂ ਵੀਲ ਸਾਫ਼ ਕੀਤੇ ਸੀ, ਇੱਕ ਗੱਡੀ ਦੇ 4 ਵੀਲ ਹੁੰਦੇ ਆ, ਤੇ 60-70 ਗੱਡੀਆਂ ਦੇ ਵੀਲ ਸਾਫ਼ ਕੀਤੇ, ਤੇ ਉਹ ਕਹਿਣ ਕੁਇਕ ਕੁਇਕ ਕੁਇਕ, ਹਨਾ, ਹੁਣ ਕੁਇਕ ਕਿੱਥੋਂ ਹੋਵੇ ਪਹਿਲੇ ਦਿਨ? ਤੇ ਇਸ ਕਰਕੇ ਉਹ ਜਿਹੜਾ ਟਾਈਮ ਸੀਗਾ ਪਹਿਲਾ ਦੇਣ, ਉਹ ਤੋਂ ਬਾਅਦ ਮੈਂ 2 ਦਿਨ ਰੈਸਟ ਤੇ ਸੀਗਾ, ਖੱਲੀਆਂ ਹੀ ਨਿਕਲੀਆਂ। ਅੱਛਾ, ਤੇ ਹੁਣ 60 ਗੱਡੀਆਂ ਦੇ ਉੱਠ ਬੈਠਕਾਂ ਮਾਰਦੀਆਂ ਜੀ, ਕਦੇ ਖਾਲਾ ਜੀ ਦਾ ਵਾੜਾ ਜੇ ਕੰਮ ਹੀ ਨਾ ਕੀਤਾ ਇੰਡੀਆ ਦਾ। ਜੀ ਜੀ ਜੀ, ਤੇ ਉਹ ਜਿਹੜੀ ਸੀਗਾ ਉਹ ਟਾਈਮ ਸੀਗਾ ਉਹ ਹਾਰਡ ਸੀਗਾ, ਤੇ ਉਹ ਦਿਨ ਵੀ ਨਹੀਂ ਰਹੇ, ਉਹ ਦਿਨ ਵੀ ਨਹੀਂ ਰਹੇ, ਤੇ ਦਿਨ ਜਿਹੜੇ ਚੱਲਦਾ ਦਿਨ ਤਾਂ ਲੰਘਦਾ ਜਾਂਦਾ ਜੀ, ਬੰਦਾ ਇਹੀ ਪਰਮਾਤਮਾ ਦਾ ਸ਼ੁਕਰੀਆ ਕਿ ਜਿਹੜਾ ਦਿਨ ਚੜ੍ਹਦਾ ਆ ਉਹ ਸੁੱਖ ਨਾਲ ਬਤੀਤ ਹੁੰਦਾ ਜਾਂਦਾ, ਤੇ ਠੀਕ ਆ ਪਰਮਾਤਮਾ ਦੀ ਰਜ਼ਾ ਚ ਖੁਸ਼ ਆ। ਸਿਡਨੀ ਮੈਟਰੋ ਸਿਟੀ ਆ, ਸਿਡਨੀ ਦੇ ਵਿੱਚ ਜਿੱਥੇ ਓਪਰਚੁਨਿਟੀ ਦੱਸਿਆ ਵੀ ਹੁਣ ਵੀ ਵੱਧ ਗਈਆਂ ਤੇ ਉਹ ਵੀ ਵੱਧ ਆ, ਤੇ ਉੱਥੇ ਫਿਰ ਖਰਚੇ ਵੀ ਤਾਂ ਬਹੁਤ ਆ। ਖਰਚੇ ਭਾਜੀ ਸਿਡਨੀ ਦੇ ਵਿੱਚ ਜੇ ਹਿਸਾਬ ਲਾਇਆ ਜਾਵੇ, ਇੱਕ ਜਿਹੜਾ ਨਾਰਮਲ ਇਨਸਾਨ ਹੈ, ਨਾਰਮਲ ਇਨਕਮ ਆ, ਉਹਦੇ ਵਿੱਚ ਤੇ ਹੈਂਡ ਟੂ ਮਾਊਥ ਹੀ ਆ। ਹਾਂਜੀ, ਤੁਸੀਂ ਚਾਹੇ
ਜਿਹੜੀ ਸੀਨੀ ਆ ਉਹ ਐਕਸਪੈਂਸਿਵ ਆ, ਇਹਦੇ ਵਿੱਚ ਕੋਈ ਅੱਥ ਕਥਨੀ ਨਹੀਂ ਆ, ਤੇ ਜੇ ਇਹਦੇ ਵਿੱਚ ਕੋਈ ਸੇਵਿੰਗ ਆ ਤੇ ਉੱਥੇ ਜਾ ਕੇ ਹੁੰਦੀ ਜਦੋਂ ਅਸੀਂ ਐਕਸਟਰਾ ਵਰਕ ਕਰਦੇ ਹਾਂ, ਐਕਸਟਰਾ ਆਫਿਟ ਕਰਦੇ ਹਾਂ। ਤੇ ਜੇ ਅਸੀਂ ਉਹ ਗੋਰਿਆਂ ਦਾ ਸਟੈਂਡਰਡ ਰੱਖੀਏ ਵੀ 8 ਘੰਟੇ ਕੰਮ ਕਰਨਾ ਤੇ 8 ਘੰਟੇ ਕੰਮ ਕਰਕੇ ਉਹ ਜਸਟ ਸਰਵਾਈਵ ਆ, ਅਸੀਂ ਕੋਈ ਸੇਵ ਨਹੀਂ ਕਰ ਸਕਦੇ ਨਾ ਹੀ ਕਿਸੇ ਦੀ ਹੈਲਪ ਕਰ ਸਕਦੇ ਹਾਂ, ਕਿਉਂਕਿ ਅਸੀਂ ਮਿਡਲ ਫੈਮਿਲੀਆਂ ਤੋਂ ਬਿਲੋਂਗ ਕਰਦੇ ਹਾਂ, ਸਾਨੂੰ ਕਿਸੇ ਵੇਲੇ ਸਾਨੂੰ ਇੰਡੀਆ ਵੀ ਹੈਲਪ ਕਰਨੀ ਪੈਂਦੀ ਆ, ਕਿਸੇ ਵੇਲੇ ਸਾਨੂੰ ਕਿਸੇ ਭੈਣ ਭਰਾ ਦੀ ਵੀ ਹੈਲਪ ਕਰਨੀ ਪੈਂਦੀ ਆ। ਸੋ ਉਸ ਮੱਦੇਨਜ਼ਰ ਜੇ ਤੇ ਅਸੀਂ ਆਪਣੇ ਆਪ 'ਚ ਹੀ ਰਹਿਣਾ ਹੋਵੇ ਤੇ 8 ਘੰਟੇ ਬਹੁਤ ਆ, ਅਸੀਂ 36-40 ਘੰਟੇ ਕੰਮ ਕਰੀਏ ਬਸ ਠੀਕ ਆ, ਨਾ ਫਿਆ। ਪਰ ਉਹ ਜ਼ਮੀਰ ਸਾਡਾ ਇਜਾਜ਼ਤ ਨਹੀਂ ਦਿੰਦਾ ਵੀ 8 ਘੰਟੇ ਕੰਮ ਕਰੀਏ, ਸਾਡੀ ਕੋਸ਼ਿਸ਼ ਹੁੰਦੀ ਆ ਕਿ ਜਿੰਨੀ ਵੱਧ ਤੋਂ ਵੱਧ ਮਿਹਨਤ ਕਰ ਸਕਦੇ ਹਾਂ ਉਨੀ ਕਰੀਏ, ਤਾਂ ਕਿ ਸਾਡੇ ਜਿਹੜੇ ਆਉਣ ਵਾਲੀ ਜਨਰੇਸ਼ਨ ਆ, ਆਉਣ ਵਾਲੇ ਬੱਚੇ ਆ, ਉਹਨਾਂ ਦਾ ਭਵਿੱਖ ਜਿਹੜਾ ਅਸੀਂ ਸੁਖਾਲਾ ਬਣਾ ਸਕੀਏ। ਬਿਲਕੁਲ ਜੀ, ਇਹ ਗੱਲ ਨੋਟ ਕਰਨ ਵਾਲੀ ਆ ਵੀ ਕਈ ਵਾਰੀ ਵੱਡੇ ਸ਼ਹਿਰ ਦੇ ਜਿਹੜੀਆਂ ਵੱਡੀ ਓਪਰਚੁਨਿਟੀਆਂ ਦੇਖ ਕੇ ਅਖੀਰ ਝੋਲੀ 'ਚ ਦਾਣੇ ਤਾਂ ਉਨੇ ਬਚਨੇ, ਉਨੇ ਹੀ ਬਚਦੇ ਆ ਚਾਹੇ ਛੋਟੇ ਸ਼ਹਿਰ ਹੋ ਜਾਏ ਤੁਸੀਂ ਵੱਡੇ ਸ਼ਹਿਰ 'ਚ। ਹਾਂਜੀ, ਹੁਣ ਉਹੀ ਗੱਲ ਆ ਜੇ ਉੱਥੇ ਕਹਿ ਦਿੰਦੇ ਫਲਾਣੇ ਦਾ 100 ਕਿੱਲਾ ਆ ਤੇ 100 ਕਿੱਲਾ ਤੇ 100 ਕਿੱਲੇ ਦਾ ਖਰਚਾ ਵੀ ਉਨਾ ਆ, ਉਨੇ ਹੁੰਦਾ ਔਰ ਉਹੀ ਹੁੰਦਾ ਬਸ। ਤੇ ਅਖੀਰ ਤੇ ਜਦੋਂ ਉਹਨੂੰ ਤੁਸੀਂ ਪੁੱਛੋਗੇ ਤਾਂ ਉਹ ਕਹਿਣਾ ਭਾਈ ਕੱਖ ਨਹੀਂ ਮੈਂ ਆੜਤੀ ਕੋਈ ਪੱਲਾ ਝਾੜ ਕੇ ਹੀ ਆਇਆ। ਸੋ ਬਹੁਤ ਵਧੀਆ ਜੀ, ਤੇ ਆਪਾਂ ਹੋਰ ਵੀ ਸਿਡਨੀ ਦੇ ਪੱਖ ਦੇਖਦੇ ਹਾਂ। ਬਿਲਕੁਲ ਜੀ, ਚੱਲਦੇ ਹਾਂ ਆਪਾਂ ਅੱਗੇ। ਓਕੇ ਜੀ।